ਜੀਤ ਸਿੰਘ ਗਾਮੀ ਵਾਲਾ। ਮਿੱਤਰੋ, ਅੱਜ ਇੱਕ ਨਵਾਂ ਜਿਹਾ ਵਿਸ਼ਾ, ਗੱਲਬਾਤ ਤਾਂ ਪੁਰਾਣੀ ਹੈ ਵੈਸੇ ਬਹੁਤ ਜ਼ਿਆਦਾ, ਆਪਣੇ ਪੰਜਾਬ ਦਾ ਇਹ ਦੁਖਾਂਤ ਵੀ ਹੈ। ਆ ਜਿਹੜੇ ਪੰਜਾਬ ਦੇ ਵਿੱਚ ਬਾਬੇ ਚੌਂਕੀਆਂ ਵਗੈਰਾ ਲਾਉਂਦੇ ਆ, ਸਿਆਣਪ ਕਰਦੇ ਆ, ਜਿਹਨੂੰ ਸਿਆਣਾ ਕਹਿੰਦੇ ਹੁੰਦੇ ਆ, ਸਿਆਣਾ, ਅਤੇ ਇਹਨਾਂ ਨੂੰ ਕਾਮਯਾਬ ਕਰਦੀਆਂ ਸਾਡੀਆਂ ਪੇਂਡੂ ਮਾਈਆਂ ਵਿਚਾਰੀਆਂ ਜਿਹੜੀਆਂ ਅਨਪੜ੍ਹ ਨੇ, ਉਹ ਇਹਨਾਂ ਦੀ ਕਾਮਯਾਬੀ ਦਾ ਰਾਜ ਨੇ। ਅੰਧ ਵਿਸ਼ਵਾਸ ਦੇ ਵਿੱਚ ਫਸ ਕੇ ਗੁੰਮਰਾਹ ਹੁੰਦੀਆਂ ਨੇ। ਮੰਗਲ 'ਤੇ ਜਾਣ ਦੀ ਤਿਆਰੀ ਕਰ ਲਈ ਵਿਗਿਆਨੀਆਂ ਨੇ, ਅਤੇ ਇਹ ਵਿਚਾਰੀਆਂ ਇੱਥੇ ਹੀ ਉਲਝੀਆਂ ਹੋਈਆਂ ਨੇ। ਅਤੇ ਉਹ ਜਾਣ ਨੂੰ ਕਹਿੰਦੀ ਹੈ ਘਰਵਾਲੀ ਵੀ, ਬਾਬੇ ਦੇ ਚੱਲੀਏ ਚੌਂਕੀ 'ਤੇ, ਅਤੇ ਉਹਦਾ ਘਰਵਾਲਾ ਸੂਹ ਚੁਆਨ ਹੈ, ਉਹ ਕਹਿੰਦਾ ਤੂੰ ਰਹਿਣ ਦੇ, ਆ 6 ਮਹੀਨੇ ਬਾਅਦ ਕੋਈ ਨਾ ਕੋਈ ਬਾਬਾ ਇਹੋ ਜਿਹਾ ਜੇਲ੍ਹ 'ਚ ਹੁੰਦਾ, ਰਹਿਣ ਦੇ, ਇਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ, ਦੋਵਾਂ ਦੀ ਨੋਕ ਝੋਂਕ ਤੱਕੋ। ਟਹਿਲ ਸਿੰਘ ਵਾਰਨ ਦੀਆਂ ਲਿਖੀਆਂ ਲਾਈਨਾਂ ਆਮ ਦੇਖਣ ਦੇ ਵਿੱਚ ਆਉਂਦੀਆਂ ਨੇ, ਇਹ ਗੱਲਾਂ ਸੁਣੋ ਪਿਆਰ ਨਾਲ, ਬੇਨਤੀ ਕੀਤੀ ਜਾ ਰਹੀ ਹੈ। ਔਰਤ ਘਰ ਵਾਲੇ ਨੂੰ ਕਹਿੰਦੀ ਮੇਰੇ ਦਰਦ ਕਮਰ ਵਿੱਚ ਰਹਿੰਦੀ, ਮੈਂ ਤਾਂ ਜਦ ਵੀ ਉੱਠਦੀ ਬਹਿੰਦੀ ਮੈਨੂੰ ਚੱਕਰ ਆਉਂਦੇ ਨੇ, ਖਿਚੜੀ ਵਾਲੇ ਬਾਬੇ ਸੁਣਿਆ ਚੌਂਕੀ ਲਾਉਂਦੇ ਨੇ, ਕਮਲਿਆ ਖਿਚੜੀ ਵਾਲੇ ਬਾਬੇ ਸੁਣਿਆ ਚੌਂਕੀ ਲਾਉਂਦੇ ਨੇ, ਐਸੀ ਖਿਚੜੀ ਕੋਈ ਖਵਾਊ ਤੈਨੂੰ ਗਲਤ ਚੱਕਰ ਵਿੱਚ ਪਾਊ, ਨਾਲੇ ਡੇਰੇ ਵਿੱਚ ਬੁਲਾਊ ਮੈਂ ਇੱਥੋਂ ਜਰਿਆ ਨਹੀਂ ਜਾਣਾ, ਜੋ ਬਾਬਾ ਕਰਵਾਊ ਤੇਥੋਂ ਕਰਿਆ ਨਹੀਂ ਜਾਣਾ, ਕਮਲੀਏ ਜੋ ਬਾਬਾ ਕਰਵਾਊ ਤੇਥੋਂ ਕਰਿਆ ਨਹੀਂ ਜਾਣਾ, ਬਾਬਾ ਪੂਰੀ ਸ਼ਕਤੀ ਵਾਲਾ ਜਿਹਨੂੰ ਮੰਨਦਾ ਆਲਾ ਦਾਲਾ, ਬਾਬਾ ਪੂਰੀ ਸ਼ਕਤੀ ਵਾਲਾ ਜਿਹਨੂੰ ਮੰਨਦਾ ਆਲਾ ਦਾਲਾ, ਕੀ ਸੰਗਰੂਰ ਤੇ ਕੀ ਬਰਨਾਲਾ ਚਰਨੀ ਢਹਿੰਦੇ ਬਾਬੇ ਦੇ, ਸੇਵਾਦਾਰ ਬਥੇਰੇ ਕੋਲੇ ਰਹਿੰਦੇ ਬਾਬੇ ਦੇ, ਦੇਖ ਲੀ ਸੇਵਾਦਾਰ ਬਥੇਰੇ ਕੋਲੇ ਰਹਿੰਦੇ ਬਾਬੇ ਦੇ, ਐਸੀ ਸੇਵਾ ਕੋਈ ਕਰਜੂ ਪਤੀਲੇ ਬਾਗ ਮਾਂਜ ਕੇ ਤਰਜੂ, ਸਭ ਕੁਝ ਸਣੇ ਛੱਲਰੀ ਚਰਜੂ ਜਾ ਕੇ ਡੇਰੇ ਬਾਬਿਆਂ ਦੇ, ਮੈਂ ਦੇਖੇ ਨਾ ਮਾਂਜੇ ਹੋਏ ਬਥੇਰੇ ਬਾਬਿਆਂ ਦੇ, ਕਮਲੀਏ ਮੈਂ ਦੇਖੇ ਨਾ ਮਾਂਜੇ ਹੋਏ ਬਥੇਰੇ ਬਾਬਿਆਂ ਦੇ, ਨਿੰਦਿਆ ਕਿਉਂ ਬਾਬਿਆਂ ਦੀ ਕਰਦੇ ਨਾ ਤੂੰ ਪਾਪ ਕਰਨ ਤੋਂ ਡਰਦਾ, ਪੱਥਰ ਕਿਉਂ ਬਾਬਿਆਂ ਤੇ ਧਰਦੇ ਬਾਬਾ ਮਾੜਾ ਕਰਦੇ ਨਾ, ਤੇਰੇ ਵਰਗੇ ਮੂਰਖ ਇਸ ਗੱਲ ਨੂੰ ਜਰਦੇ ਨਾ, ਕਮਲਿਆ ਤੇਰੇ ਵਰਗੇ ਮੂਰਖ ਇਸ ਗੱਲ ਨੂੰ ਜਰਦੇ ਨਾ, ਅੱਜ ਕੱਲ ਬਾਬਿਆਂ ਦਾ ਜਵਾਨਾ ਥਾਂ ਥਾਂ ਬੈਠੇ ਖੋਲ ਦੁਕਾਨਾਂ, ਤੇਰੇ ਵਰਗੀਆਂ ਉਤਰ ਕਾਨਾ ਜਾ ਕੇ ਲੱਤਾਂ ਘੁੱਟਦੀਆਂ, ਜੇਲਾਂ ਦੇ ਵਿੱਚ ਦੇਖ ਇਹਨਾਂ ਦੀਆਂ ਝੰਡੀਆਂ ਚੁੱਲਦੀਆਂ, ਕਮਲੀਏ ਜੇਲਾਂ ਦੇ ਵਿੱਚ ਦੇਖ ਇਹਨਾਂ ਦੀਆਂ ਝੰਡੀਆਂ ਚੁੱਲਦੀਆਂ, ਇਹ ਤਾਂ ਰੂਪ ਰੱਬ ਦਾ ਬਾਬੇ ਜਾ ਕੇ ਦੇਖ ਉਹਨਾਂ ਦੇ ਤਾਬੇ, ਮੈਨੂੰ ਮਗਰੋਂ ਨਹੀਂ ਡਰਾਬੇ ਪਹਿਲਾਂ ਦਰਸ਼ਨ ਕਰ ਲੈ ਤੂੰ, ਲਾ ਦਸਮੀ ਦੀ ਚੌਂਕੀ ਖਾਲੀ ਝੋਲੀ ਭਰ ਲੈ ਤੂੰ, ਜਾ ਕੇ ਲਾ ਦਸਮੀ ਦੀ ਚੌਂਕੀ ਖਾਲੀ ਝੋਲੀ ਭਰ ਲੈ ਤੂੰ, ਨਹੀਂ ਮੈਂ ਰੱਬ ਬਥੇਰੇ ਦੇਖੇ ਪਾਉਂਦੇ ਦੁਨੀਆਂ ਤਾਈ ਭੁਲੇਖੇ, ਮਗਰੋਂ ਦਿੰਦੇ ਨੇ ਫਿਰ ਲੇਖੇ ਨੀ ਜਦ ਪੋਲਾਂ ਖੁੱਲਦੀਆਂ, ਜੇਲਾਂ ਦੇ ਵਿੱਚ ਦੇਖ ਇਹਨਾਂ ਦੀਆਂ ਝੰਡੀਆਂ ਚੁੱਲਦੀਆਂ, ਕਮਲੀਏ ਜੇਲਾਂ ਦੇ ਵਿੱਚ ਦੇਖ ਇਹਨਾਂ ਦੀਆਂ ਝੰਡੀਆਂ ਚੁੱਲਦੀਆਂ, ਬਾਬੇ ਇੱਕ ਸਾਰ ਨਾ ਸਾਰੇ ਕਈਆਂ ਡੁੱਬਦੇ ਪੱਥਰ ਤਾਰੇ,
ਬਾਬੇ ਇੱਕ ਸਾਰ ਨਾ ਸਾਰੇ, ਕਈਆਂ ਡੁੱਬਦੇ ਪੱਥਰ ਤਾਰੇ, ਹੁੰਦੇ ਬਹੁਤ ਰੱਬ ਦੇ ਪਿਆਰੇ, ਤੂੰ ਕੀ ਜਾਣੇ ਭੇਤਾਂ ਨੂੰ, ਮਿੰਟਾਂ ਦੇ ਵਿੱਚ ਫੜ ਲੈਂਦੇ ਨੇ ਭੂਤ ਪ੍ਰੇਤਾਂ ਨੂੰ, ਜਾ ਕੇ ਮਿੰਟਾਂ ਦੇ ਵਿੱਚ ਫੜ ਲੈਂਦੇ ਨੇ ਭੂਤ ਪ੍ਰੇਤਾਂ ਨੂੰ। ਐਸਾ ਭੂਤ ਤੇਰਾ ਕੋਈ ਕੱਢੂ, ਮੋਤੀ ਚੂਰ ਖਵਾ ਦੂ ਲੱਡੂ, ਹੌਲੀ ਕਰ ਕੱਖਾਂ ਤੋਂ ਛੱਡੂ, ਤੂੰ ਨਾ ਹਟਦੀ ਅੜੀਆਂ ਤੇ, ਭੂਤ ਪ੍ਰੇਤਾਂ ਵਾਲਿਆ ਨੇ ਹੱਥ ਫੇਰੇ ਬੜੀਆਂ ਤੇ, ਕਮਲੀਏ ਭੂਤ ਪ੍ਰੇਤਾਂ ਵਾਲਿਆ ਨੇ ਹੱਥ ਫੇਰੇ ਬੜੀਆਂ ਤੇ। ਜਾਊ ਭਾਨੇ ਕੀ ਮੁਖ ਤਿਆਰੀ, ਨਾਲੇ ਗੱਜਣ ਕੀ ਕਰਤਾਰੀ, ਮੈਂ ਵੀ ਜਾਊ ਐਤ ਕੀ ਵਾਰੀ, ਦੇਖੀ ਕਿਹੜਾ ਰੋਕੂਗਾ, ਮੈਂ ਮਰਜ਼ੀ ਦੀ ਮਾਲਕ ਮੈਨੂੰ ਕਿਹੜਾ ਰੋਕੂਗਾ, ਦੇਖ ਲੀ ਮੈਂ ਮਰਜ਼ੀ ਦੀ ਮਾਲਕ ਮੈਨੂੰ ਕਿਹੜਾ ਰੋਕੂਗਾ। ਗੁੱਸਾ ਘਰ ਵਾਲੇ ਨੂੰ ਚੜਿਆ, ਸੀ ਝੱਟ ਜਾਗੁਤਨੀ ਤੋਂ ਫੜਿਆ, ਬਾਜੂ ਵਿੱਚ ਧੌਣ ਦੇ ਜੜਿਆ, ਤੂੰ ਨਾ ਹਟਦੀ ਜਾਣੇ ਤੇ, ਮਾਰਪਤੀ ਤੋਂ ਖਾ ਕੇ ਆ ਗਈ ਅਕਲ ਟਿਕਾਣੇ ਤੇ, ਬੇਲੀਓ ਮਾਰਪਤੀ ਤੋਂ ਖਾ ਕੇ ਆ ਗਈ ਅਕਲ ਟਿਕਾਣੇ ਤੇ। ਜਦ ਮਾਰਪਤੀ ਨੇ ਪੰਨੇ ਮਿੰਤਾ ਕਰਦੀ ਤੇ ਹੱਥ ਬੰਨੇ, ਜਦ ਮੋਰ ਪਤੀ ਨੇ ਪੰਨੇ ਮਿੰਤਾ ਕਰਦੀ ਤੇ ਹੱਥ ਬੰਨੇ, ਕਹਿੰਦਾ ਤੇਰਾ ਤਾਲੀ ਰੰਨੇ, ਕਿਉਂ ਨਾ ਗੱਲ ਨੂੰ ਤਾੜੇ ਤੂੰ, ਰੀਸ ਕਿਸੇ ਦੀ ਕਰਕੇ ਬਸਦਾ ਘਰ ਉਜਾੜੇ ਤੂੰ, ਐਵੇਂ ਰੀਸ ਕਿਸੇ ਦੀ ਕਰਕੇ ਬਸਦਾ ਘਰ ਉਜਾੜੇ ਤੂੰ। ਮਾਰਨ ਟਹਿਲ ਖਰੌੜ ਸੁਣਾਵੇ, ਸਭ ਨੂੰ ਪਿਆਰ ਨਾਲ ਸਮਝਾਵੇ, ਜੇ ਕੋਈ ਬਾਬਿਆਂ ਕੋਲੇ ਜਾਵੇ ਉਹਨੂੰ ਰੋਕੋ ਜਾਣੇ ਤੋਂ, ਕੀ ਇਹਨਾਂ ਦੇ ਪੱਲੇ ਬਚ ਕੇ ਰਹੋ ਸਿਆਣੇ ਤੋਂ, ਵੀਰਨੋ ਕੀ ਇਹਨਾਂ ਦੇ ਪੱਲੇ ਬਚ ਕੇ ਰਹੋ ਸਿਆਣੇ ਤੋਂ। ਹਾਂਜੀ, ਸਾਡਾ ਮੋਬਾਈਲ ਨੰਬਰ ਨੋਟ ਕਰ ਲਓ ਜੀ, 98 556 30 455।